ਪੈਰਾ ਉੱਪਰ ਬੈਠਣਾ ਤੁਹਾਡੇ ਗੋਡੇ ਖਰਾਬ ਹੋਣਗੇ ਤੁਹਾਡਾ ਗ੍ਰੀਸ ਖਤਮ ਹੋ ਜਾਊਗਾ ਤੁਹਾਡੀਆਂ ਹੱਡੀਆਂ ਘਸਦੀਆਂ ਨੇ ਇਹ ਬਹੁਤ ਸਾਰੇ ਡਾਕਟਰ ਤੁਹਾਨੂੰ ਬਹੁਤ ਸਾਰੇ ਹੱਡੀਆਂ ਵਾਲੇ ਡਾਕਟਰ ਆਰਥੋਪੀਡੀਸ਼ਨ ਸਰਜਨ ਕਹਿੰਦੇ ਮਿਲਣਗੇ ਨਾਲ ਚੌਂਕੜੀ ਮਾਰ ਕੇ ਨਹੀਂ ਬੈਠਣਾ ਚੌਂਕੜੀ ਮਾਰ ਕੇ ਤੁਹਾਡਾ ਗੋਡਾ ਖਰਾਬ ਹੋ ਜਾਊਗਾ ਦੇਖੋ ਇਹ ਬਹੁਤ ਪੁਰਾਣੀਆਂ ਗੱਲਾਂ ਨਹੀਂ ਗਈਆਂ ਜੇ ਤੁਸੀਂ ਉਹੀ ਪੁਰਾਣੇ ਹੱਲਾਂ ਤੇ ਰਹਿਣਾਗਾ ਤਾਂ ਖਰਾਕਾਂ ਵੀ ਆਉਂਦੀਆਂ ਪੁਰਾਣੀਆਂ ਕਰ ਲੋ ਤੇ ਸਾਰਾ ਕੁਝ ਪੁਰਾਣੇ ਸਟਾਈਲ 'ਚ ਚੱਲਣ ਲੋ ਜੇ ਇਹਨਾਂ ਮੈਂ ਪੁਰਾਣੀਆਂ ਗੱਲਾਂ ਚੱਲਦੀਆਂ ਨੇ ਗਈਆਂ ਸਮਾਂ ਬਦਲ ਰਿਹਾ ਸਮੇਂ ਦੇ ਨਾਲ ਨਾਲ ਨਵੀਆਂ ਸਟੱਡੀਜ਼ ਆਉਂਦੀਆਂ ਨੇਗੀਆਂ ਤਾਂ ਨਵੀਆਂ ਸਟੱਡੀਜ਼ ਆਉਣ ਦੇ ਨਾਲ ਨਾਲ ਹਰ ਇੱਕ ਚੀਜ਼ ਨਵੇਂ ਬਿਹਤਰ ਤਰੀਕੇ ਨਾਲ ਆਪਾਂ ਨੂੰ ਸਾਹਮਣੇ ਆਉਂਦੀ ਹੈਗੀ ਇਹਦੇ ਕੀ ਫਾਇਦੇ ਨੇਗੇ ਤੇ ਕੀ ਇਹਦੇ ਨੁਕਸਾਨ ਨੇਗੇ ਨਵੀਆਂ ਸਟੱਡੀਆਂ ਇਹ ਕਹਿੰਦੀਆਂ ਨੇਗੀਆਂ ਕਿ ਪੈਰਾਂ 'ਤੇ ਬੈਠਣ ਨਾਲ ਤੁਹਾਡੇ ਗੋਡਿਆਂ ਦਾ ਗਰੀਸ ਵੱਧਦਾਗਾ ਨਾ ਕਿ ਘਟਦਾਗਾ ਗੋਡੇ ਖਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਘਟ ਜਾਂਦੇ ਨੇ 99% ਚਾਂਸ ਤੁਹਾਡੇ ਘਟ ਜਾਂਦੇ ਨੇਗੇ ਜੇ ਤੁਸੀਂ ਡੇਲੀ ਪੈਰਾਂ 'ਤੇ ਬੈਠ ਕੇ ਕੋਈ ਐਕਟੀਵਿਟੀ ਕਰਦੇ ਹੋ ਪਹਿਲਾਂ ਦੇ ਟਾਈਮ ਦੇ ਵਿੱਚ ਗੋਡੇ ਤਾਂ ਨਹੀਂ ਸੀ ਖਰਾਬ ਹੁੰਦੇ ਸਪੈਸ਼ਲੀ ਮੈਂ ਇੰਡੀਆ ਦੀ ਗੱਲ ਕਰੂੰਗਾ ਇੰਡੀਅਨਸ ਦੇ ਵਿੱਚ ਗੋਡਿਆਂ ਦੀ ਬਿਮਾਰੀ ਤਾਂ ਨਹੀਂ ਸੀ ਪਹਿਲਾਂ ਕਿਉਂਕਿ ਆਪਣੇ ਟਾਇਲਟ ਓਦਾਂ ਦੇ ਸੀਗੇ ਸਵੇਰੇ ਸਭ ਨੇ ਉੱਠਣਾ ਪੈਰਾਂ 'ਤੇ ਬੈਠਣਾ 5-10 ਮਿੰਟ ਜਿੰਨਾ ਟਾਈਮ ਵੀ ਬੈਠਦੇ ਸੀਗੇ ਉਹ ਗੋਡੇ ਦਾ ਜੋੜ ਪੂਰਾ ਖੁੱਲ ਜਾਂਦਾ ਸੀਗਾ ਹੁਣ ਗੋਡੇ ਦੇ ਜੋੜ ਨੂੰ ਖੋਲਦੇ ਤਾਂ ਪੂਰਾ ਹੈ ਹੀ ਨਹੀਂ ਗੇ ਹਰ ਇੱਕ ਦੇ ਘਰਾਂ ਦੇ ਵਿੱਚ ਬੈਠਣ ਵਾਲੀਆਂ ਸੀਟਾਂ ਲਗੀਆਂ ਹੋਈਆਂ ਤੁਸੀਂ ਖੁਦ ਆਪਦੀ ਬਿਮਾਰੀ ਖਰੀਦ ਕੇ ਘਰੇ ਲੈ ਕੇ ਆ ਰਹੇ ਹੋਗੇ ਬਹੁਤ ਸਾਰੇ ਮੇਰੇ ਪੇਸ਼ੈਂਟਸ ਜਿਸ ਟਾਈਮ ਮੈਂ ਇੰਡੀਆ ਪ੍ਰੈਕਟਿਸ ਕਰ ਰਿਹਾ ਸੀ ਤਾਂ ਮੇਰੇ ਕੋਲੇ ਆ ਕੇ ਦੱਸਦੇ ਸੀਗੇ ਇਹ ਗੋਡਿਆਂ ਦਾ ਦਰਦ ਹੈ ਡਾਕਟਰ ਕੋਲੇ ਗਏ ਸੀ ਫਰਕ ਪਿਆ ਨਹੀਂਗਾ ਉਹਨਾਂ ਨੇ ਕਹਿਤਾ ਕਿ ਤੁਸੀਂ ਇੰਡੀਅਨ ਸੀਟ ਨਹੀਂ ਯੂਜ਼ ਕਰਨੀ ਆਹ ਸੀਟ ਲਵਾ ਲਓ ਤੁਸੀਂ ਤਾਂ ਇਹ ਬਹੁਤ ਹੀ ਮਿਸ ਗਾਈਡੈਂਸ ਵਾਲੀ ਗੱਲ ਹੈਗੀ ਪਤਾ ਨਹੀਂ ਮਿਸ ਗਾਈਡੈਂਸ ਦਾ ਰੀਜ਼ਨ ਕੀ ਹੈਗਾ ਪਤਾ ਨਹੀਂ ਡਾਕਟਰ ਨੂੰ ਹੀ ਨਹੀਂ ਪਤਾ ਵੀ ਸਹੀ ਚੀਜ਼ ਕੀ ਈ ਹੈ ਗਲਤ ਚੀਜ਼ ਕਿਹੜੀ ਹੈਗੀ ਪਤਾ ਨਹੀਂ ਉਹ ਜਾਣ ਬੁੱਝ ਕੇ ਪੇਸ਼ੈਂਟਸ ਨੂੰ ਇਦਾਂ ਦੀਆਂ ਗੱਲਾਂ ਸਜੈਸਟ ਕਰਦੇ ਨੇਗੇ ਤਾਂ ਮੈਂ 2017 ਤੋਂ ਇਸ ਕਰੀਅਰ ਦੇ ਵਿੱਚ ਆਇਆ ਹੋਇਆ ਹਾਂਗਾ ਤਾਂ 2017 ਤੋਂ ਹੀ ਮੇਰਾ ਇਹ ਮੋਟਿਵ ਰਿਹਾਗਾ ਕੀ ਸਹੀ ਸਲਾਹ ਦੇਣੀ ਹੈਗੀ ਨਹੀਂ ਸਲਾਹ ਨਹੀਂ ਦੇਣੀ ਟ੍ਰੀਟਮੈਂਟ ਕਰ ਸਕਦੇ ਹੋਗੇ ਸਹੀ ਤਰੀਕੇ ਨਾਲ ਕਰੋ ਨਹੀਂ ਬਸ ਦੇ ਵਿੱਚ ਹੈਗਾ ਦਾ ਕੇਸ ਛੱਡ ਦਿਓ ਕੋਈ ਤੁਹਾਡੇ ਤੋਂ ਇਲਾਵਾ ਕੋਈ ਦੁਨੀਆ ਤੇ ਹੋਰ ਵੀ ਬਹੁਤ ਡਾਕਟਰ ਨੇਗੇ ਉਹਨਾਂ ਕੋਲੇ ਬੰਦਾ ਚੱਲਿਆ ਜਾਊਗਾ ਤਾਂ ਐਜ਼ ਅ ਫਿਜ਼ੀਓਥੈਰੇਪਿਸਟ ਮੇਰਾ ਫਰਜ਼ ਬਣਦਾ ਕਿ ਤੁਹਾਨੂੰ ਸਹੀ ਸਲਾਹ ਦਵਾਂ ਤਾਂ ਗੋਡੇ ਜੇ ਤੁਸੀਂ ਸਹੀ ਰੱਖਣੇ ਨੇਗੇ ਡੇਲੀ ਪੈਰਾਂ 'ਤੇ ਬੈਠਣਾ ਸ਼ੁਰੂ ਕਰ ਦਿਓ ਜਿਨ੍ਹਾਂ ਦੇ ਗੋਡੇ ਸਹੀ ਨੇ ਜਿਨ੍ਹਾਂ ਤੋਂ ਪੈਰਾਂ 'ਤੇ ਨਹੀਂ ਬੈਠਿਆ ਜਾਂਦਾ ਉਹ ਕੋਸ਼ਿਸ਼ ਕਰਦੇ ਰਹੋ ਜਿਨ੍ਹਾਂ ਨੀਵੇਂ ਤੋਂ ਨੀਵੇਂ ਬੈਠ ਸਕਦੇ ਨੇ ਹੌਲੀ-ਹੌਲੀ ਕੋਸ਼ਿਸ਼ ਕਰਦੇ ਰਹੋਗੇ ਤੁਸੀਂ ਪੂਰਾ ਪੈਰਾਂ 'ਤੇ ਬੈਠਣ ਵੀ ਲੱਗ ਜਾਓਗੇ ਪੈਰ ਕੀ ਕੀ ਚੀਜ਼ਾਂ ਹੁੰਦੀਆਂ ਨੇ ਗੋਡੇ ਦੇ ਜੋੜ ਦੀ ਮੋਬਿਲਿਟੀ ਖਤਮ ਹੋ ਜਾਂਦੀ ਹੈ ਫਲੈਕਸੀਬਿਲਟੀ ਲਚਕ ਖਤਮ ਹੋ ਜਾਂਦੀ ਹੈ ਗੋਡੇ ਦੇ ਜੋੜ ਦੀ ਕਾਰਟਿਲੇਜ ਖਤਮ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਸਪੇਸ ਹੁੰਦੀ ਹੈ ਜਿਹੜੀ ਗੋਡੇ ਦੇ ਜੋੜ ਦੇ ਵਿੱਚ ਦੋ ਹੱਡੀਆਂ ਦੇ ਵਿੱਚ ਸਪੇਸ ਹੁੰਦੀ ਹੈ ਸਪੇਸ ਘਟਣੀ ਸ਼ੁਰੂ ਹੋ ਜਾਂਦੀ ਹੈਗੀ ਸਭ ਤੋਂ ਜ਼ਰੂਰੀ ਪੱਟ ਦੀਆਂ ਮਾਸਪੇਸ਼ੀਆਂ ਹੁੰਦੀਆਂ ਨੇ ਜਿਹੜੇ ਕੁਆਡ੍ਰੀਸੈਪ ਮਸਲ ਹੁੰਦੇ ਨੇ ਕੁਆਡ੍ਰੀਸੈਪ ਮਸਲ ਟਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਜੇ ਤੁਹਾਡਾ ਕੁਆਡ੍ਰੀਸੈਪ ਟਾਈਟ ਹੋ ਗਿਆ ਤੁਹਾਡੀ ਚੱਪਣੀ ਦੇ ਵਿੱਚ ਪ੍ਰੋਬਲਮ ਪੈਣੀ ਹੀ ਪੈਣੀ ਹੈ 101% ਆ ਇਹ ਪ੍ਰੋਬਲਮ ਇਹ ਗੱਲ ਬਹੁਤ ਸਾਰੇ ਡ ਇਸੇ ਵੀਡੀਓ ਦੇ ਵਿੱਚ ਅਟੈਚ ਕਰੂੰਗਾ ਇਸ ਤੋਂ ਬਾਅਦ ਜਿਹੜੇ ਖੁਦ ਕਹਿ ਰਹੇ ਨੇਗੇ ਆਰਥੋਪੈਡੀਸ਼ਨ ਨੇ ਆਰਥੋ ਦੇ ਸਰਜਨ ਨੇਗੇ ਉਹ ਲਿਗਾਮੈਂਟ ਦੀਆਂ ਸਰਜਰੀਜ਼ ਕਰਦੇ ਨੇਗੇ ਤੇ ਉਹ ਦੱਸ ਰਹੇ ਨੇਗੇ ਕਿ ਪੈਰਾਂ 'ਤੇ ਬੈਠਣਾ ਕਿੰਨਾ ਜ਼ਿਆਦਾ ਬੈਨੀਫੀਸ਼ੀਅਲ ਹੈ ਡੀਪ ਸਕਵਾਟਸ ਡਿਟੇਰੀਅਰਸ ਦਾ ਨੀ ਹੈਲਥ ਡੀਪ ਸਕਵਾਟਸ ਕਾਜ਼ਸ ਨੀ ਇੰਜਰੀਜ਼ ਮਾਈ ਨੀ पॉप वेन आई ट्राई टू डी दिस विल रूइन माइनीज सिटिंग क्रॉस लेगेट आलती पालती मारने के लिए डॉक्टर्स मना करते हैं क्योंकि तो इसे घुसने घिस जाते हैं दोस्तों ये सभी चीजें बहुत ही पुरानी ख्याल है बहुत सारी नई नई स्टडीज आ रही है जिसके अंदर मालूम कर रहा है कि डीप स्कॉर्स कितने जरूरी है डीप स्कॉर्स से आपके घटलेज की हेल्थ इंप्रूव होती है डीप स्क्ट्स करने से आपके हिप और एंकल की इंजरी सिग्निफिकेंटली कम होती है क्योंकि डीप स्कॉट्स में आपके जो रेंज ऑफ मोशन है हिप और एंकल और नी के वो कंप्लीट होते हैं सो so, अगर आप डीप स्क्ट्स में ट्रेनिंग करेंगे तो आपके नी हिप ਔਰ ਐਂਕਲ ਅਚੇ ਰਹੇਗੇ ਔਰ ਇਸ ਸੇ ਗੁੱਟਨੇ ਨਹੀਂ ਗਿਸਤੇ ਪਰ ਇਹਨਾਂ ਸਭੀ ਕੋ ਕਰਨੇ ਦਾ ਇੱਕ ਤਰੀਕਾ ਹੁਣ ਜਿਵੇਂ ਤੁਸੀਂ ਵੀਡੀਓ ਦੇਖ ਲਈ ਯੰਗ ਡਾਕਟਰ ਹੈ ਇਹਨੇ ਸਾਰੀ ਚੀਜ਼ ਸਮਝਾਤੀ ਕਿ ਕਿਵੇਂ ਪੈਰਾਂ 'ਤੇ ਬੈਠਣਾ ਹੈਗਾ ਇਹ ਤੁਹਾਡੇ ਪ੍ਰੋਬਲਮਸ ਨੂੰ ਵਧਾਉਂਦਾ ਨਹੀਂ ਘਟਾਉਂਦਾ ਹੈ ਗੋਡਿਆਂ ਦੇ ਦਰਦ ਨੂੰ ਘਟਾਉਂਦਾ ਹੈ ਪਰ ਆਪਣੀ ਸੋਸਾਇਟੀ ਦੇ ਵਿੱਚ ਬਹੁਤ ਹੀ ਮਾੜੀ ਹਾਲਤ ਹੋਈ ਪਈ ਹੈਗੀ ਮੇਰੇ ਕੋਲੇ ਪੇਸ਼ੈਂਟ ਆਊਗਾ ਕੋਈ ਉਹ ਕਹੂਗਾ ਜੀ ਅਸੀਂ ਬਹੁਤ ਹੀ ਐਕਸਪੀਰੀਐਂਸਡ ਡਾਕਟਰ ਕੋਲੇ ਗਏ ਬਜ਼ੁਰਗ ਹੈ 40 ਸਾਲ ਦਾ ਉਹਨਾਂ ਨੂੰ ਐਕਸਪੀਰੀਐਂਸ ਹੈ ਉਹਨਾਂ ਨੇ ਕਿਹਾ ਕਿ ਪਹਚੌਂਕੜੀ ਨਹੀਂ ਮਾਰਨੀ ਪੈਰਾਂ 'ਤੇ ਨਹੀਂ ਬੈ ਰੇਂਜ ਆਫ ਮੋਸ਼ਨ ਗੋਡੇ ਦਾ ਠੀਕ ਹੁੰਦਾ ਹੈ ਮਸਲ ਠੀਕ ਹੁੰਦੇ ਨੇਗੇ ਪੈਰਾਂ ਭਾਰ ਨਹੀਂ ਬੈਠਣਾ ਚੌਂਕੜੀ ਨਹੀਂ ਮਾਰਨੀ ਦੇਖੋ ਸਿੰਪਲ ਜੀ ਗੱਲ ਹੈ ਜਿੰਮੇ ਜਿੰਮੇ ਸਰੀਰ ਬੁਢਾ ਹੁੰਦਾਗਾ ਉਵੇਂ ਉਵੇਂ ਦਿਮਾਗ ਉਨੇ ਕੈਪੇਬਲ ਨਹੀਂ ਸੋਚ ਸਕਦੇ ਹਾਂ ਬਹੁਤ ਹੀ ਸਹੀ ਖਾਣ ਵਾਲਾ ਬੰਦਾ ਬਹੁਤ ਹੀ ਸਹੀ ਤਰੀਕੇ ਨਾਲ ਜਿਹੜੀ ਦੀ ਪ੍ਰੈਕਟਿਸ ਕਰੀ ਹੁੰਦੀ ਹੈ ਜਿਹੜਾ ਬਹੁਤ ਹੀ ਐਕਟਿਵ ਲਾਈਫ ਸਟਾਈਲ ਵਾਲਾ ਜਿਹੜਾ ਖੁਦ ਐਕਸਰਸਾਈਜ਼ ਕਰਦਾ ਹੁੰਦਾ ਉਹ ਡਾਕਟਰ ਤੁਹਾਨੂੰ ਸਹੀ ਸਲਾਹ ਦੇ ਸਕਦਾ ਜਿਹਦੀ ਉਮਰ ਵੱਡੀ ਹੋਵੇ ਨਹੀਂ ਮੈਂ ਇਹ ਮੰਨਦਾ ਕਿ ਜਿਆਦੇ ਬਜ਼ੁਰਗ ਡਾਕਟਰ ਕੋਲੇ ਤੁਸੀਂ ਸਲਾਹ ਲੈਣ ਨਾ ਜਾਓ ਬਜ਼ੁਰਗ ਡਾਕਟਰ ਤੁਹਾਨੂੰ ਆਪ ਸਟੱਡੀ ਕਰੇ ਹੋਏ ਮੈਥਡ ਹੀ ਦੱਸੂਗਾ ਜਿਹੜੀਆਂ ਉਹਨੇ ਸਟੱਡੀਆਂ ਕਰੀਆਂ ਹੋਈਆਂ ਆਪਦੇ ਆਪ ਨੂੰ ਅਪਡੇਟ ਕਰਨਾ ਰਹਿਣਾ ਪੈਂਦਾ ਹੁੰਦਾ ਦੇਖੋ ਜਿਹੜੀ ਸਾਇੰਸ ਹੈਗੀ ਇਹਦਾ ਕੋਈ ਲਿਮਿਟ ਨਹੀਂ ਹੈ ਗਿਆਨ ਦੀ ਕੋਈ ਸੀਮਾ ਨਹੀਂ ਹੈ ਜਿੰਨਾ ਟਾਈਮ ਬੰਦੇ ਦੀ ਉਮਰ ਹੈ ਓਨਾ ਟਾਈਮ ਬੰਦਾ ਸਿੱਖਦਾ ਰਹਿੰਦਾ ਹੈਗਾ ਡੇਲੀ ਨਵੀਨ ਤੋਂ ਨਵੀਂ ਟੈਕਨੀਕ ਆਉਂਦੀ ਹੈ ਨਵੀਂ ਤੋਂ ਨਵੀਂ ਸਟੱਡੀ ਆਉਂਦੀ ਹੈ ਜਿਹੜੀ ਪਿਛਲੀਆਂ ਸਟੱਡੀਆਂ ਨੂੰ ਗਲਤ ਕਰ ਦਿੰਦੀ ਹੈ ਕੋਈ ਦੱਸ ਦੀ ਦੇ ਕਿ ਪਿਛਲੀ ਸਟੱਡੀ ਹੀ ਠੀਕ ਸੀ ਤਾਂ ਜ਼ਿਆਦਾ ਹਰ ਇੱਕ ਨਵੀਂ ਸਟੱਡੀ ਵੀ ਨਹੀਂ ਸਹੀ ਹੁੰਦੀ ਹਰ ਇੱਕ ਪੁਰਾਣੀ ਸਟੱਡੀ ਵੀ ਨਹੀਂ ਸਹੀ ਹੁੰਦੀ ਤੇ ਆਪਣੇ ਦਿਮਾਗ ਤੋਂ ਸੋਚੋ ਕਿ ਤੁਸੀਂ ਕੀ ਕਰਨਾਗਾ ਗਲਤ ਹੈ ਪੈਰਾਂ ਪਰ ਬੈਠਣ ਤੋਂ ਜਿਹੜਾ ਡਾਕਟਰ ਤੁਹਾਨੂੰ ਰੋਕੂ ਚੁੱਪ ਕਰਕੇ ਉੱਥੋਂ ਪਾਸੇ ਹੋ ਕੇ ਆਜੋ ਗੋਲੀਆਂ ਦਾ ਥੱੱਬਾ ਲੈ ਕੇ ਆ ਜਾਨੇ ਹੋਗੇ ਉਹ ਗੋਲੀਆਂ ਖਾਈ ਜਾਨੇ ਹੋਗੇ ਬਾਅਦ ਦੇ ਵਿੱਚ ਲੀਵਰ ਕਿਡਨੀ ਖਰਾਬ ਹੋ ਜਾਂਦੇ ਨੇ ਫੇਰ ਕਹਿੰਦੇ ਆ ਜੀ ਸਰੀਰ ਖਰਾਬ ਹੋ ਗਏ ਖਾਣੇ ਪੀਣੇ ਨਹੀਂ ਹੈਗੇ ਬਿਮਾਰੀ ਤੁਹਾਡੀ ਆਪ ਖਰੀਦੀ ਹੋਈ ਹੈਗੀ ਕੋਈ ਤੁਹਾਨੂੰ ਧੱਕੇ ਨਾਲ ਨਹੀਂ ਫੜਾ ਕੇ ਜਾਂਦਾ ਤਾਂ ਇਸ ਗੱਲ ਬਾਰੇ ਸੋਚੋ ਐਕਸਰਸਾਈਜ਼ ਕਰੋ ਪੈਰਾਂ ਪਰ ਬੈਠਣ ਦੀ ਪ੍ਰੈਕਟਿਸ ਕਰ ਸਕਦੇ ਹੋ ਪੈਰਾਂ ਪਰ ਬੈਠਣ ਦੀ ਪ੍ਰੈਕਟਿਸ ਕਰੋ ਆ ਜ਼ਿਆਦਾਤਰ ਜਿਹੜੇ ਦਰਦ ਨਾਲ ਰਿਲੇਟਡ ਪ੍ਰੋਬਲਮਸ ਹੁੰਦੀਆਂ ਨੇਗੀਆਂ ਉਹਨਾਂ ਨੂੰ ਫਿਜ਼ੀਓਥੈਰੇਪਿਸਟ ਤੋਂ ਹ ਸਕਦੇ ਹੋ ਤੁਸੀਂ WhatsApp ਤੇ ਇਸ ਨੰਬਰ ਦੇ ਉੱਤੇ ਤੇ ਹਰ ਇੱਕ ਪ੍ਰੋਬਲਮ ਵਾਸਤੇ ਨਿੱਕੇ ਨਿੱਕੇ ਪੇਨ ਵਾਸਤੇ ਗੋਲੀਆਂ ਲੈਣਾ ਬੰਦ ਕਰੋ ਹੋਰ ਇਦਾਂ ਦੀ ਜਾਣਕਾਰੀ ਵਾਲੀਆਂ ਵੀਡੀਓਜ਼ ਦੇਖਣ ਵਾਸਤੇ ਡਾਕਟਰ ਜਸ ਫਿਟਨੈਸ ਚੈਨਲ ਦੇ ਨਾਲ ਜੁੜੇ ਰਹੋ ਵੀਡੀਓਜ਼ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਜੀ